ਫੇਸਬੁਕ ਤੇ ਜੁੜੇ ਤੇ ਜੁੜਨ ਜਾ ਰਹੇ ਸਾਰੇ ਦੋਸਤਾਂ ਨੂੰ ਮਨਦੀਪ ਖਰਮੀ ਹਮਤਪੁਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦਾ ਕਿ ਜਿੱਥੇ ਵੀ ਹੋਮੋਂਗੇ ਰਾਜੀ ਖੁਸ਼ੀ ਹੋਮੋਂਗੇ ਤੇ ਬੀਤੇ ਦਿਨਾਂ ਦੇ ਵਿੱਚ ਤੁਸੀਂ ਪੰਜਾਬ ਦੇ ਵਿੱਚ ਜਿਹੜਾ ਨਸ਼ਿਆਂ ਦਾ ਕਹਿਰ ਉਹ ਆਪਣੇ ਅੱਖੀਂ ਦੇਖਿਆ ਤੇ ਮਾਵਾ ਦੇ ਕੀਰਨੇ ਮਾਵਾ ਦੇ ਵੈਣ ਤੁਸੀਂ ਸੁਣੇ ਆ ਮੈਂ ਬੇਸ਼ੱਕ ਇਮਾਨਦਾਰੀ ਨਾਲ ਕਹਿੰਨਾ ਕਿ ਬੜਾ ਨਰਮ ਦਿਲ ਹੋਣ ਕਰਕੇ ਮੈਂ ਉਹ ਸੁਣ ਨਹੀਂ ਸਕਿਆ ਪਰ ਜਿਹੜੀ ਸਰੀਰ ਦੀ ਹਰਕਤ ਆ ਪੱਟਾਂ ਤੇ ਹੱਥ ਵਜਦੇ ਉਹ ਦੱਸ ਦਿਆ ਕਿ ਉਹ ਵੈਣ ਕਹੇ ਜਿਹਾ ਹੋਣਿਆ ਕਿਉਂਕਿ ਵੈਣ ਇੱਕੋ ਤਰ੍ਹਾਂ ਦੇ ਹੁੰਦੇ ਆ ਵੈਣਾ ਦੀ ਭਾਸ਼ਾ ਨਹੀਂ ਹੁੰਦੀ ਵੈਣਾ ਦੇ ਬੋਲ ਆ ਜਿਹੜੇ ਉਹ ਸਾਂਝੇ ਹੁੰਦੇ ਆ ਤੇ ਉਹ ਸਭ ਕੁਝ ਦੇਖ ਕੇ ਦੋ ਦਿਨ ਦਾ ਜਿਹੜਾ ਮਨ ਉਹ ਬੇਚੈਨ ਸੀ ਤੇ ਕੋਸ਼ਿਸ਼ ਤੇ ਦਿਲ ਕੀਤਾ ਕਿ ਇਸ ਵਿਸ਼ੇ ਦੇ ਉੱਤੇ ਗੱਲਬਾਤ ਹੋਵੇ ਜਿੰਨੇ ਵੀ ਦੋਸਤ ਨਾਲ ਜੁੜਨਗੇ ਮੈਂ ਜਨਾ ਨਹੀਂ ਲਾਊਗਾ ਤੇ ਇਹ ਤੁਹਾਡੀ ਜ਼ਿੰਮੇਵਾਰੀ ਆ ਕਿ ਇਹਨਾਂ ਬੋਲਾਂ ਨੂੰ ਅੱਗੇ ਪਹਚਾਉਣਾ ਜਾਂ ਨਾ ਪਹਚਾਉਣਾ ਉਹ ਤੁਹਾਡੇ ਤੇ ਆ ਪਰ ਜਦੋਂ ਬਹਿਸ਼ ਤੁਰਦੀ ਆ ਜਦੋਂ ਗੱਲਾਂ ਖਿਲਰਦੀਆਂ ਲੀਰਾਂ ਦੀ ਖਦੋ ਜਿਹਨੂੰ ਆਪਾਂ ਕਹਿੰਦੇ ਆ ਉਹ ਫਰੁੱਲਣੀ ਸ਼ੁਰੂ ਹੁੰਦੀ ਆ ਤੇ ਉਹਦੇ ਵਿੱਚੋਂ ਬਹੁਤ ਕੁਝ ਨਿਕਲਦਾ ਬੇਸ਼ੱਕ ਪਹਿਲੀ ਕਾਲੀ ਸਰਕਾਰ ਵੇਲੇ ਪਿਆ ਰੌਲਾ ਹੋਵੇ ਤੇ ਉਹਦੇ ਵਿੱਚੋਂ ਜਿਹੜੇ ਉਸ ਪੱਖ ਦੇ ਲੋਕ ਆ ਉਹਨਾਂ ਵੱਲੋਂ ਆਪਣੇ ਆਪ ਨੂੰ ਇਹ ਕਹਿਣਾ ਕਿ ਸਾਨੂੰ ਮਾਨ ਉਸਧਰ ਨਾਲ ਜੁੜੇ ਹੋਣ ਦਾ ਤੇ ਜਾਂ ਫਿਰ ਇੱਕ ਗੋਟਕਾ ਸਾਹਿਬ ਦੀ ਸੌਂ ਖਾ ਕੇ ਲੋਕਾਂ ਨੂੰ ਧਾਰਮਿਕ ਤੌਰ ਤੇ ਇੱਕ ਭਾਵਨਾ ਇੱਕ ਵੇਗ ਦੇ ਵਿੱਚ ਲਿਆ ਕੇ ਵੋਟਾਂ ਪਰ ਪਵਾ ਕੇ ਤੇ ਰਾਜ ਭਾਗ ਸਾਂਭਣ ਦੀ ਗੱਲ ਹੋਵੇ ਪੰਜਾਬ ਹਮੇਸ਼ਾ ਹੀ ਪੰਜਾਬ ਨੇ ਜਿਹੜਾ ਦਰਦ ਆਪਣੇ ਪਿੰਡੇ ਤੇ ਹੰਡਾਇਆ ਤੇ ਸਿਆਸਤ ਦਾ ਜਿਹੜਾ ਮਾਹੌਲ ਆ ਹਰ ਗੱਲ ਤੇ ਸਿਆਸਤ ਉਹਨੇ ਪੰਜਾਬ ਨੂੰ ਇੰਨਾ ਕੀਣਾ ਕਰ ਦਿੱਤਾ ਕਿ ਖੁਸ਼ੀ ਖੁਸ਼ੀ ਵਸਦੇ ਰਹਦੇ ਪੰਜਾਬ ਦੇ ਵਿੱਚ ਵਹਿਣ ਆ ਜਿਹੜੇ ਉਹ ਹਵਾਵਾਂ ਦੇ ਵਿੱਚ ਗੂੰਜ ਰਹੇ ਆ ਪਾਣੀ ਹਵਾ ਤੇ ਜਿਹੜਾ ਸਾਡਾ ਖਾਣ ਪੀਣ ਉਹ ਸਾਰਾ ਇੰਨਾ ਕੰਪਲੀਟ ਹੋ ਚੁੱਕਿਆ ਕਿ ਕਿਸੇ ਦਾ ਕੋਈ ਧਿਆਨ ਨਹੀਂ ਤੇ ਉਤੋਂ ਜਿਹੜੀ ਵੱਧ ਮਾਰ ਸੀ ਉਹ ਨਸ਼ਿਆਂ ਦੀ ਪਈ ਆ ਜਦੋਂ ਦੇਖਦੇ ਆ ਕਿ ਮੈਂ ਕੱਲ ਇੱਕ ਵੀਡੀਓ ਦੇਖ ਰਿਆ ਸੀ ਬਖਸ਼ੀ ਥਾਣੇਵਾਲ ਵੀਰ ਆਪਣਾ ਦੋਸਤ ਬਾਬਾ ਬਕਾਲਾ ਦਾ ਪਿੰਡਾ ਥਾਣੇਵਾਲ ਤੇ ਉਸ ਪਰਿਵਾਰ ਦੇ ਮੁਖੀ ਮਾਂ ਤੇ ਪਿਓ ਦੋਨੇ ਆਪਣੇ ਮੂੰਹ ਪਰਿਵਾਰ ਦੀ ਕਹਾਣੀ ਬਿਆਨ ਰਿਹਾ ਕਿ ਉਹਨਾਂ ਦਾ ਜਿਹੜਾ ਪੁੱਤ ਆ ਉਹ ਨਸ਼ੇ ਦਾ ਇੰਨਾ ਕੁ ਆਦੀ ਹੋ ਚੁੱਕਿਆ ਕਿ ਘਰ ਦੇ ਵਿੱਚ ਜਿਹੜੇ ਬਿਸਤਰੇ ਆ ਆਪਣੇ ਮਾਂ ਜਾਂ ਪਿਓ ਦੇ ਜਿਹੜੇ ਕੱਪੜੇ ਆ ਉਹ ਵੀ ਨਹੀਂ ਛੱਡਦਾ ਉਹ ਵੀ ਲੈ ਕੇ ਵੇਚਣ ਲੈ ਤੁਰਦਾ ਤਾਂ ਕਿ ਨਸ਼ੇ ਦੀ ਜਿਹੜੀ ਲਤ ਆ ਉਹ ਪੂਰੀ ਕੀਤੀ ਜਾ ਸਕੇ ਘਰ ਦੇ ਵਿੱਚ ਉਹ ਕਹਿੰਦੇ ਵੱਡੇ ਸੰਦਾਂ ਤੋਂ ਲੈ ਕੇ ਘਰ ਦੇ ਭਾਂਡਿਆਂ ਤੱਕ ਕੁਝ ਨਹੀਂ ਛੱਡਿਆ ਇੱਥੋਂ ਤੱਕ ਜੇ ਘਰ ਦੇ ਵਿੱਚ 2 ਕਿਲੋ ਖੰਡ ਵੀ ਆ ਜੇ ਤੇ ਉਹ ਖੰਡ ਉਹ ਖੰਡ ਵੀ ਲੈ ਕੇ ਬਾਹਰ ਵੇਚਣ ਤੁਰਦਾ ਇਹੋ ਜਿਹੇ ਜਿਹੜੇ ਖੂਦ ਹੀ ਮੌਣ ਤੇ ਆਣ ਖੜਿਆ ਪੰਜਾਬ ਤੇ ਜਦੋਂ ਆਪਾਂ ਸੰਸਾਰ ਪੱਧਰ ਤੋਂ ਇੱਕ ਦੇਸ਼ ਜਾਂ ਫਿਰ ਸੂਬਾ ਉੱਥੋਂ ਦੀ ਸਿਆਸਤ ਦੀ ਆਪਾਂ ਪਰਚੋਲ ਕਰਦੇ ਆ ਜਾਂ ਉੱਥੋਂ ਦੇਖਦੇ ਆ ਕਿ ਕੀ ਵਾਪਰ ਰਿਹਾ ਤਾਂ ਸੁਭਾਵਕ ਹੈ ਕਿ ਤੁਹਾਡਾ ਜਿਹੜਾ ਧਿਆਨ ਆ ਜਾਂ ਤੁਹਾਡਾ ਮਾਨ ਆ ਉਹ ਪਿੰਡ ਨੂੰ ਜਾਂ ਆਪਣੀ ਜੰਮਣਪੋਏ ਨੂੰ ਲੈ ਕੇ ਵੀ ਚਿੰਤਤ ਹੁੰਦਾ ਹੈ। ਕੱਲ ਦਾ ਮੈਂ ਇਹੀ ਚੀਜ਼ ਦੇਖ ਰਿਹਾ ਸੀ ਕਿ ਪਿੰਡ ਹਿੰਮਤਪੁਰੇ ਤੋਂ ਇੱਕ ਚਿੰਤਤ ਵੀਰ ਛੋਟਾ ਵੀਰ ਜੀ ਨੂੰ ਕਹਿ ਸਕਦੇ ਹਾਂ ਚਲੋ ਇਹ ਮੈਂ ਕਹਿੰਦਾ ਕਿ ਅ ਬੜੇ ਮਾਨ ਵਾਲੀ ਗੱਲ ਆ ਕਿ ਕੋਈ ਨਾ ਕੋਈ ਇਸ ਗੱਲ ਨੂੰ ਸੋਚਦਾ ਕਿ ਸਾਡੇ ਪਿੰਡ ਦੇ ਵਿੱਚ ਜੋ ਵਾਪਰ ਰਿਹਾ ਉਹ ਗਲਤ ਵਾਪਰ ਰਿਹਾ ਤੇ ਉਸ ਗਲਤ ਵਰਤਾਰੇ ਦੇ ਵਿੱਚ ਸ਼ਾਮਲ ਜਿਹੜੇ ਲੋਕ ਆ ਜਿਨ੍ਹਾਂ ਨੂੰ ਆਪਾਂ ਕਾਲੀਆਂ ਭੇਡਾਂ ਕਹਿ ਸਕਦੇ ਹਾਂ ਉਹਨਾਂ ਦੇ ਗਲਮੇ ਨੂੰ ਹੱਥ ਪਾਉਣ ਵਾਲਾ ਕੋਈ ਹੀਆ ਕਰਦਾ ਤੇ ਉਹ ਜਦੋਂ ਕੱਲ ਗੱਲ ਸੁਣੀ ਕਿ ਜਿਹੜੇ ਪਹਿਲਾਂ ਹੱਥ ਭੁੱਕੀ ਫੀਮ ਵੇਚਣ ਤੱਕ ਰੁੱਝੇ ਰਹੇ ਤੇ ਉਹ ਅੱਜ ਉਹੀ ਨਸ਼ੇ ਛਡਾਉਣ ਲਈ ਵਰਤੀ ਜਾਂਦੀ ਜੀਵ ਤੇ ਰੱਖਣ ਵਾਲੀ ਗੋਲੀ ਉਹ ਵੇਚ ਕੇ ਨਸ਼ਈਆਂ ਦਾ ਡੰਗਾ ਸਾਰ ਰਹੇ ਆ ਹਰਾਨੀ ਵੀ ਹੋਈ ਤੇ ਦੁੱਖ ਵੀ ਹੋਇਆ ਕਿ ਪਿੰਡ ਦੇ ਆਪਣੇ ਆਪਣਿਆਂ ਨੂੰ ਕਿਵੇਂ ਮੌਤ ਦੇ ਮੂੰਹ ਦੇ ਵਿੱਚ ਧੱਕ ਰਹੇ ਆ ਸਿਰਫ ਪੈਸੇ ਦੇ ਲਈ ਸਿਰਫ ਇਸ ਗੱਲ ਲਈ ਕਿ ਸਾਡੇ ਪਰਿਵਾਰ ਸੁਖੀ ਬਸਣ ਪਰ ਦੋਸਤੋ ਇਹ ਗੱਲ ਜਿਹੜੀ ਭੁੱਲ ਜਾਣੀ ਉਹ ਵੀ ਇੱਕ ਗੁਨਾਹ ਵਰਗੀ ਹੋਊਗੀ ਕਿ ਜੇ ਅੱਜ ਅਸੀਂ ਆਪਣੇ ਪਰਿਵਾਰ ਨੂੰ ਜਾਂ ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ ਨੂੰ ਮੂਹਰੇ ਰੱਖ ਕੇ ਇਹੋ ਜਿਹਾ ਕੋਈ ਕਾਲਾ ਧੰਦਾ ਕਰਦੇ ਆਂ ਤੇ ਇਹ ਵੀ ਸੋਚਣਾ ਪੈਣਾ ਕਿ ਕੱਲ ਨੂੰ ਉਸੇ ਧੰਦੇ ਦੇ ਵਿੱਚੋਂ ਜਿਹੜੇ ਅ ਸਰੀਰਕ ਤੌਰ ਤੇ ਜਾਂ ਮਾਨਸਿਕ ਤੌਰ ਤੇ ਰੋਗੀ ਬਣਾ ਚੁੱਕੇ ਨੌਜਵਾਨਾਂ ਉਹਨਾਂ ਨੇ ਕਦੇ ਨਾ ਕਦੇ ਕੁਗ ਬਸਦਿਆਂ ਦੇ ਘਰਾਂ ਵੱਲ ਨੂੰ ਝਪਕਣਾ ਉਧਰ ਨੂੰ ਚੱਪਟਣਗੇ ਉਹ ਉਧਰ ਨੂੰ ਖੋਹਾ ਖੋਾਈ ਕਰਨ ਦੇ ਰਾਹ ਤੁਰਨਗੇ ਤੇ ਜਦੋਂ ਪਿੰਡ ਦੀ ਜਿਹੜੀਆਂ ਅੰਦਰੋਨੀ ਗੱਲਾਂ ਸੁਣਨ ਤੇ ਆਈਆਂ ਉਹ ਇੰਨਾ ਕੁ ਨਿਰਾਸ਼ ਕਰਨ ਵਾਲੀਆਂ ਕਿ ਪਿੰਡ ਦੇ ਜਿਹੜੇ ਨੌਜਵਾਨ ਹੋ ਸਕਦਾ ਕਿ ਉਹ ਹੋਰਨਾਂ ਦੀ ਨਜ਼ਰ ਦੇ ਵਿੱਚ ਸਾਫ਼ ਸੁਥਰੇ ਜਾਂ ਇਹ ਕਹ ਲੋ ਕਿ ਸੋਫੀ ਦੱਸਦੇ ਹੋਣ ਪਰ ਬਥੇਰੇ ਇਹ ਜਿਹੇ ਹੋਣਗੇ ਜਿਹੜੇ ਲੋਕ ਸ਼ਿਪ ਕੇ ਵੀ ਉਹਨਾਂ ਟੀਕੇ ਆਂ ਦਾ ਇਸਤੇਮਾਲ ਕਰਦੇ ਹੋਣਗੇ ਪਰ ਦੋਸਤੋ ਬੜੇ ਦੁੱਖ ਦੀ ਗੱਲ ਆ ਬਹੁਤ ਮੇਰੇ ਪਿੰਡ ਦੇ ਵੀ ਛੋਟੇ ਮੇਰੇ ਜੁਆਕਾਂ ਵਰਗੇ ਜਾਂ ਮੇਰੇ ਕੋਲ ਪੜ੍ਹੇ ਹੋਏ ਬੱਚੇ ਜਾਂ ਮੈਥੋਂ ਮੇਰੇ ਛੋਟੇ ਭਰਾਵਾਂ ਵਰਗੇ ਮੇਰੇ ਨਾਲ ਜੁੜੇ ਹੋਏ ਯਾਰ ਸਭ ਨੂੰ ਇੱਕ ਬੜੇ ਹੀ ਸਤਿਕਾਰ ਨਾਲ ਬੜੇ ਹੀ ਪਿਆਰ ਨਾਲ ਬੜੇ ਮੋਹ ਨਾਲ ਇੱਕ ਬੇਨਤੀ ਹੈ ਕਿ ਇਸ ਦਲਦਲ ਨੇ ਕਦੇ ਵੀ ਕਿਸੇ ਨੂੰ ਕੁਝ ਨਹੀਂ ਦਿੱਤਾ ਇਹਦੇ ਵਿੱਚ ਵੜਨਾ ਸ਼ੌਕੀਆ ਤੌਰ ਤੇ ਵੜਿਆ ਜਾ ਸਕਦਾ ਪਰ ਨਿਕਲਣਾ ਬਹੁਤ ਔਖਾ ਨਿਕਲਣਾ ਬਹੁਤ ਔਖਾ ਤੇ ਜਿਹੜੇ ਇਸ ਦਲਦਲ ਦੇ ਵਿੱਚੋਂ ਨਿਕਲਦੇ ਆ ਉਹਨਾਂ ਦੀ ਜਿਹੜੀ ਹਸਿਆਰਾ ਉਹਨਾਂ ਦਾ ਤੁਸੀਂ ਬੀਤੇ ਦਿਨਾਂ ਦੇ ਵਿੱਚ ਦੇਖ ਚੁੱਕੇ ਹੋ ਕਿ ਕਿਵੇਂ ਆਪਣੀ ਬਾਹ ਦੇ ਵਿੱਚੋਂ ਸਰੰਜਵੀ ਪੱਟੀ ਨੀਗੀ ਮੁੜ ਕੇ ਤੇ ਦੋਸਤੋ ਇਹ ਉਹ ਪੰਜਾਬ ਸੀ ਜਿਹੜਾ ਤੋਪਾਂ ਮੂਰੇ ਖੜਦਾ ਰਿਆ ਬੰਦੂਕਾਂ ਮੂਰੇ ਅੜਦਾ ਰਿਆ ਨੇਜੀਆਂ ਬਰਸ਼ੀਆਂ ਤਲਵਾਰਾਂ ਦੀਆਂ ਮਾਰਾਂ ਸਹਿੰਦਾ ਰਿਆ ਤੇ ਅੱਜ ਉਹਦੇ ਤੋਂ 1.5 ਇੰਚ ਦੀ ਸੂਈ ਨੀ ਸਰੰਜ ਨਹੀਂ ਪੱਟੀ ਗਈ ਆਵਦੀ ਬਾਹਾਂ ਚੋਂ ਮੈਂ ਧੋਖੇ ਇਸ ਗੱਲ ਦਾ ਹੁਣ ਜਿਆਦਾ ਇਸ ਕਰਕੇ ਹੋਇਆ ਕਿ ਜਿਹੜੀਆਂ ਗੱਲਾਂ ਸਰਕਾਰਾਂ ਨੇ ਜਿਹੜੇ ਫਰਜ਼ ਨਿਭਾਉਣੇ ਸੀ ਉਹ ਉਹਨਾਂ ਤੋਂ ਮੁਨਕਰ ਆ ਇਸ ਟਾਈਮ ਕੱਲ ਖੁੰਡਾ ਲੈ ਕੇ ਵਿਰੋਧੀਆਂ ਨੂੰ ਝੰਗਾੜਾ ਮਾਰਨ ਵਾਲੇ ਲਲਖਾਰਾ ਮਾਰਨ ਵਾਲੇ ਰਾਜਾ ਸਾਹਿਬ ਚੁੱਪਾ ਸਿਰਫ ਇਹ ਕਹਿ ਦੇਣਾ ਕਿ ਅਸੀਂ ਜਿਹੜੀ ਨਸ਼ੇ ਦੀ ਸਪਲਾਈ ਲਾਈਨ ਤੋੜ ਦਿੱਤੀ ਇਹ ਕਿਸੇ ਸਮੱਸਿਆ ਦਾ ਹੱਲ ਨਹੀਂ ਤੁਸੀਂ ਆਪਣੇ ਵਿਰੋਧੀਆਂ ਨੂੰ ਇਸ ਮਸਲੇ ਤੇ ਚੁੱਪ ਕਰਵਾ ਸਕਦੇ ਹੋ ਕਿ ਅਸੀਂ ਇੰਨੇ ਪਰਸੈਂਟ ਨਸ਼ੇ ਦੇ ਜਿਹੜੇ ਕਾਰੋਬਾਰ ਨੂੰ ਠੱਲ ਪਾ ਦਿੱਤੀ ਪਰ ਅਸਲੀਅਤ ਤੁਹਾਨੂੰ ਪਿੰਡ ਦੇ ਵਿੱਚ ਵੜ ਕੇ ਗਲੀਆਂ ਦੇ ਵਿੱਚ ਵੜ ਕੇ ਪਤਾ ਲੱਗਣੀ ਹੈ ਕਿ ਕੀ ਹੋ ਰਿਹਾ ਜਿਹੜੇ ਦੁਕਾਨਦਾਰ ਬਦਲੇ ਆ ਗਾਹ ਕੋਹੀ ਆ ਗਾਕਾਂ ਦੇ ਵਿੱਚ ਹੋਰ ਵਾਧਾ ਹੋ ਸਕਦਾ ਪਰ ਦੁਕਾਨਦਾਰਾਂ ਦੇ ਜਿਹੜੇ ਆ ਚਿਹਰੇ ਬਦਲ ਚੁੱਕੇ ਆ ਤੇ ਦੋਸਤੋ ਗੱਲਾਂ ਦੋ ਤਿੰਨ ਕੀ ਇਹ ਆ ਕਿ ਜੇ ਤੁਸੀਂ ਆਪੋ ਆਪਣੇ ਪਿੰਡ ਨੂੰ ਬਚਾਉਣਾ ਚਾਹੁੰਦੇ ਹੋ ਬਥੇਰਿਆਂ ਦੀ ਗੱਲ ਇਹ ਹੋ ਕਿ ਆਪ ਬਾਹਰ ਬੈਠਾ ਬਾਹਰ ਬਹਿ ਕੇ ਗੱਲਾਂ ਮਾਰਨੀ ਬਹੁਤ ਸੌਖੀਆਂ ਬੜੇ ਇਹ ਦੋਸਤਾਂ ਦਾ ਹੁੰਦਾ ਪਰ ਨਹੀਂ ਜੇ ਬਾਹਰ ਬੈਠੇ ਆ ਉਹ ਵੀ ਕਿਸੇ ਮਜਬੂਰੀ ਕਰਕੇ ਆਉਂਦਾ ਜ ਕੋਈ ਤੇ ਬੜੇ ਹੋਣਗੇ ਜਿਹੜੇ ਸ਼ੌਂਕੀਆ ਤੌਰ ਤੇ ਆਏ ਹੋਣਗੇ ਪਰ ਮੈਂ ਆਪਣੇ ਆਪ 'ਚ ਇਹ ਗੱਲ ਕਰਦਾ ਕਿ ਮੈਂ ਕਿਸੇ ਮਜਬੂਰੀ ਦੇ ਵਿੱਚੋਂ ਨਿਕਲਿਆ ਹੋਇਆ ਹਾਂ ਤੇ ਪਿੱਛੇ ਮੇਰਾ ਪਰਿਵਾਰ ਆ ਉਹ ਪਰਿਵਾਰ ਦੇ ਵਿੱਚ ਮੇਰਾ ਆਪਣਾ ਪਰਿਵਾਰ ਆ ਮੇਰੀ ਪਤਨੀ ਦੇ ਪਰਿਵਾਰ ਆ ਮੇਰੇ ਪਿੰਡ ਦੇ ਬਾਕੀ ਸਾਰੇ ਪਰਿਵਾਰ ਆ ਉਹ ਮੇਰੇ ਪਰਿਵਾਰ ਆ ਉਹਨਾਂ ਦੀ ਚਿੰਤਾ ਦੇ ਵਿੱਚ ਹੀ ਜਿਹੜੇ ਇਹ ਗੱਲਾਂ ਕਰਨ ਦਾ ਸਬੱਬ ਬਣਿਆ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਨੌਜਵਾਨ ਦੋਸਤ ਜਿਹੜੇ ਆਪਣੇ ਆਪ ਨੂੰ ਇਸ ਗੱਲ ਦੀ ਚਿੰਤਾ ਲੈ ਕੇ ਤੁਰਦੇ ਆ ਕਿ ਪੰਜਾਬ ਪਿੰਡ ਦੇ ਵਿੱਚ ਜਾਂ ਸਾਡੇ ਇਲਾਕੇ ਦੇ ਵਿੱਚ ਇਹ ਵਰਤਾਰਾ ਗਲਤ ਵਾਪਰ ਰਿਹਾ ਉਸ ਤੋਂ ਅੱਗੇ ਖਿਡਾਰੀ ਨੌਜਵਾਨ ਜਿਹੜੇ ਪਿੰਡ ਦਾ ਫਰਮਾਇਆ ਹੀ ਨਹੀਂ ਹੁੰਦੇ ਉਹ ਸਾਡੇ ਕਿਸੇ ਵੀ ਖਿੱਤੇ ਦੇ ਦੂਤ ਹੁੰਦੇ ਆ ਤੇ ਉਸ ਤੋਂ ਅੱਗੇ ਪਿੰਡ ਦੀ ਪੰਚਾਇਤ ਪਿੰਡ ਦੇ ਧਾਰਮਿਕ ਸਥਾਨ ਤੇ ਉਹਦੇ ਨਾਲ ਜਿਹੜੀਆਂ ਬਾਕੀ ਸਮਾਜ ਭਲਾਈ ਜਾਂ ਖੇਡਾਂ ਆndੀਆਂ ਕਲੱਬਾਂ ਬਣੀਆਂ ਹੁੰਦੀਆਂ ਹੈ ਅਸੀਂ ਸਾਰੇ ਇੱਕੋ ਪਿੰਡ ਦੇ ਪਰ ਵੱਖ-ਵੱਖ ਅਸੀਂ ਧਰਾਂ ਦੇ ਵਿੱਚ ਹੋ ਕੇ ਵਿਚਰਦੇ ਆ ਤੇ ਬਹੁਤ ਥਾਈਂ ਇਹ ਤਰ੍ਹਾਂ ਕਿਸੇ ਨਿੱਜੀ ਮੁਫਾਦ ਨਾਲ ਤੇ ਜਾਂ ਸਿਆਸਤ ਦੇ ਚੱਕਰ ਵੀਊ ਦੇ ਵਿੱਚ ਘੁੰਮ ਕੇ ਆਪੋ ਆਪਣੇ ਕੰਮੀ ਝੁਟੀਆਂ ਹੁੰਦੀਆਂ ਪਰ ਦੋਸਤੋ ਅੱਜ ਮੌਕਾ ਉਹ ਆ ਕਿ ਸਾਨੂੰ ਸਿਆਸਤ ਵਾਲਾ ਕਿਲਾ ਆਪਦੀ ਧੌਣ ਦੇ ਵਿੱਚੋਂ ਕੱਢਣਾ ਪਊਗਾ ਕਿਉਂਕਿ ਤੁਸੀਂ ਅੱਜ ਇੱਕ ਵਿਸ਼ੇਸ਼ ਜਿਹੜਾ ਦਾਲਾ ਕੋਈ ਪਾਰਟੀ ਆ ਉਹਦੇ ਪੈਸ਼ ਲੱਗ ਬਣ ਕੇ ਉਹਦੇ ਨਾਲ ਤਾਂ ਵਫਾ ਕਮਾ ਸਕਦੇ ਹਾਂ ਪਰ ਤੁਸੀਂ ਆਪਣੇ ਪਰਿਵਾਰ ਆਪਣੇ ਬੱਚਿਆਂ ਆਪਣੇ ਭਤੀਜੇ ਭਤੀਜੀਆਂ ਉਹਨਾਂ ਲਈ ਬੇਵਫਾ ਅਖਵਾਏ ਜਾਉਂਗੇ ਤੁਸੀਂ ਉਹਨਾਂ ਦੇ ਬਚਪਨ ਦੇ ਉਹਨਾਂ ਦੀ ਜਵਾਨੀ ਦੇ ਕਾਤਲ ਸੱਦੇ ਜਾਉਂਗੇ ਅੱਜ ਜਦੋਂ ਇੱਕ ਪਿੰਡ ਦੇ ਵਿੱਚ ਨਸ਼ਾ ਵਿਕ ਰਿਹਾ ਜੀਵ ਤੇ ਰੱਖਣ ਵਾਲੀ ਗੋਲੀ ਵਿਕ ਰਹੀ ਆ ਚਿੱਟਾ ਵਿਕ ਰਿਆ ਤੇ ਨਾਲ ਹੀ ਪਿੰਡ ਦੇ ਵਿੱਚ ਜਿਹੜਾ ਆਸੇ ਪਾਸੇ ਨਸ਼ਈ ਮੁੰਡੇ ਲੁੱਟ ਕੇ ਜਾਂ ਖੋਹ ਕੇ ਸੋਨਾ ਲਿਆ ਕੇ ਜਾਂ ਚਾਂਦੀ ਲਿਆ ਕੇ ਜਾਂ ਕਿਸੇ ਦਾ ਪਰਸ ਲਿਆ ਕੇ ਕਿਸੇ ਜਗ੍ਹਾ ਤੇ ਹੋਰ ਬੰਦੇ ਨੂੰ ਵੇਚਦੇ ਹੋਣ ਤੇ ਤੁਹਾਨੂੰ ਸਾਰਾ ਕੁਝ ਪਤਾ ਹੋਵੇ ਕਿ ਕਿੱਥੇ ਵਾਪਰ ਰਿਹਾ ਉੱਥੇ ਚੁੱਪ ਰਹਿਣਾ ਸਾਡੀ ਬਹੁਤ ਹੀ ਵੱਡੀ ਬੁਝ ਦਿਲਾਣਾ ਕਾਰਵਾਈ ਆ ਕੱਲ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਤੇ ਕੱਲ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਜਿਦੇ ਵਿੱਚ सरपंची ਦੀ ਦੌੜ ਲਈ ਤੇ ਜਾਂ ਪੰਚ ਦੀ ਦੌੜ ਲਈ ਬਹੁਤ ਸਾਰੇ ਸੱਜਣ ਮੂਰੇ ਆਉਣਗੇ ਤੇ ਇਸ ਵਾਰ ਇੱਕ ਹੋਰ ਵੱਖਰ ਵੱਖਰਾ ਜਿਹੜਾ ਆਲਮ ਦੇਖਣ ਨੂੰ ਮਿਲ ਰਿਹਾ ਕਿ ਨੌਜਵਾਨ ਤਬਕਾ ਜਿਹੜਾ ਉਹ ਸਰਪੰਚੀ ਦੀ ਚੋਣ ਲਈ ਅੱਗੇ ਆ ਰਿਹਾ ਕਾਫੀ ਥਾਈ ਜਦੋਂ ਨਿਗਾਹ ਮਾਰੀ ਦੀ ਉੱਥੇ ਪਤਾ ਲੱਗਦਾ ਕਿ ਨੌਜਵਾਨ ਸੱਜਣ ਅੱਗੇ ਆ ਰਹੇ ਆ ਸਭ ਤੋਂ ਪਹਿਲਾਂ ਮੇਰਾ ਉਹਨਾਂ ਵੀਰਾਂ ਨੂੰ ਬੇਨਤੀ ਆ ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਆਪਣੇ ਪਿੰਡ ਤੋਂ ਕਰੂੰਗਾ ਕਿ ਮੇਰੇ ਪਿੰਡ ਦੇ ਜਿੰਨੇ ਵੀ ਛੋਟੇ ਵੀਰ ਜਾਂ ਵੱਡੇ ਮੇਰੇ ਚਾਚੇ ਤਾਏ ਸਰਪੰਚੀ ਦੀ ਚੋਣ ਦੇ ਵਿੱਚ ਆਪਦਾ ਪੱਖ ਰੱਖਣਗੇ ਉਹਨਾਂ ਲਈ ਇਹ ਮਹੱਤਵਨ ਦੀ ਘੜੀ ਇਹ ਆ ਕਿ ਅੱਜ ਤੋਂ ਲਗਭਗ 2 ਮਹੀਨੇ 1.5 ਮਹੀਨੇ ਕਹਿ ਲੋਗੇ ਵੋਟਾਂ ਦੇ ਵਿੱਚ ਪਿਆ ਜੇ ਤੁਸੀਂ ਜ਼ੁਰਤ ਰੱਖਦੇ ਹੋ ਕਿਸੇ ਸੇਵਾ ਦੇ ਨਾਂ ਤੇ ਪਿੰਡ ਦੇ ਵਿੱਚ ਆਪਣੀ ਚੋਣ ਲੜਨੀ ਚਾਹੁੰਦੇ ਹੋ ਕਿਉਂਕਿ ਅਕਸਰ ਹੀ ਕਿਹਾ ਜਾਂਦਾ ਕਿ ਮੈਂ ਸੇਵਾ ਕਰਨੀ ਆ ਜੇ ਸੇਵਾ ਦੇ ਨਾਂ ਤੇ ਪਿੰਡ ਦੇ ਸਰਪੰਚ ਜਾਂ ਪੰਚ ਬਣਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਇਹ ਪਰਣ ਕਰੋ ਕਿ ਜਿਹੜੇ ਤੁਹਾਡੇ ਪਿੰਡ ਦੀਆਂ ਤੁਹਾਡੇ ਪਿੰਡ ਦੀ ਨੌਜਵਾਨੀ ਦੀਆਂ ਜੜਾਂ ਦੇ ਵਿੱਚ ਤੇਲ ਦੇ ਰਹੇ ਆ ਉਹਨਾਂ ਦੀ ਬਾਹਮ ਰੋੜ ਕੇ ਸਾਥ ਦੇ ਵਿਚਾਲੇ ਲਿਆ ਕੇ ਪੁੱਛੋ ਕਿ ਕੀ ਗੱਲ ਵੀ ਅਸੀਂ ਤੇਰੇ ਜੋ ਆੱਖਾਂ ਦਾ ਕੀ ਵਿਗਾੜਿਆ ਕਿ ਤੂੰ ਸਾਡੇ ਜੋ ਆਕਾਂ ਨੂੰ ਮਾਰ ਕੇ ਉਹਨਾਂ ਦੇ ਸਿਰੋਂ ਆਪ ਦੇ ਜੋ ਅੱਖ ਪਾਲਣ ਦੀ ਸੋਚ ਪਾ ਲਈ ਬੈਠਾ ਜਿਹੜਾ ਵੀ ਦੋਸਤ ਮੇਰੇ ਪਿੰਡ ਦੇ ਵਿੱਚੋਂ ਇਹ ਤਹਈਆ ਕਰੂਗਾ ਇਹ ਪਹਿਲ ਕਰੂਗਾ ਤੇ 2 ਮਹੀਨਿਆਂ ਦੇ ਅੰਦਰ-ਅੰਦਰ ਬੇਸ਼ੱਕ ਉਹ ਅੱਜ ਚੋਣ ਲੜਨ ਦੀ ਸੋਚ ਰਿਆ ਜੁਰਤ ਹੋਵੇ ਕਿ ਮੈਂ ਚੀਜ਼ 2 ਮਹੀਨਿਆਂ ਦੇ ਅੰਦਰ-ਅੰਦਰ ਪਹਿਲਾਂ ਬੰਦ ਕਰੂੰ ਮੈਂ ਖੁਦ ਟਿਕਟ ਲੈ ਕੇ ਪਿੰਡ ਆਉ ਤੇ ਮੈਂ ਉਹਦੇ ਹੱਕ 'ਚ ਪ੍ਰਚਾਰ ਕਰੂੰ ਅੱਜ ਦੀ ਘੜੀ ਦੋਸਤੋ ਸਭ ਤੋਂ ਵੱਡੀ ਜਿਹੜੀ ਲੋੜ ਇਹੀ ਹੈ ਕਿ ਅਸੀਂ ਆਪੋ ਆਪਣੇ ਪਰਿਵਾਰ ਆਪੋ ਆਪਣੇ ਪਿੰਡ ਵਿਚਾਈਏ ਤੇ ਜਿੰਨੇ ਵੀ ਸਿਆਸਤੀ ਸੱਜਣਾ ਉਹਨਾਂ ਨੂੰ ਜਰੂਰ ਘੇਰ ਕੇ ਪੁੱਛਿਓ ਕਿ ਤੁਸੀਂ ਜਿਉਂਦਿਆਂ ਤੇ ਰਾਜ ਕਰਨਾ ਜਿਉਂਦਿਆਂ ਤੇ ਸਿਆਸਤ ਕਰਨੀਆਂ ਜਾਂ ਲੋਥਾਂ ਤੇ ਸਿਆਸਤ ਕਰਨੀਆਂ ਉਹਨਾਂ ਨੂੰ ਪੁੱਛੋ ਕਿ ਬਹਿਣਾ ਦੀ ਸਿਆਸਤ ਤੁਹਾਨੂੰ ਕਿੱਥੇ ਲੈ ਕੇ ਜਾਊ ਤੇ ਸਾਨੂੰ ਕਿੱਥੇ ਲੈ ਕੇ ਜਾਊ ਸੋ ਮਿੱਤਰ ਪਿਆਰਿਓ ਜਿੱਥੇ ਕਿਤੇ ਵੀ ਹੋ ਜਿਹੜੇ ਵੀ ਤੁਹਾਡੇ ਕੱਲ ਨੂੰ ਤੁਹਾਡੇ ਤੇ ਰਾਜ ਕਰਨ ਲਈ ਚਾਹੇ ਉਹ ਪੰਚਾ ਚਾਹੇ ਸਰਪੰਚਾ ਉਹ ਕਿਸੇ ਸੋਚ ਤਹਿਤ ਉਹਨਾਂ ਦੀ ਵੀ ਕੋਈ ਸੋਚ ਹੋਣੀ ਹੈ ਕਿ ਅਸੀਂ ਕੀ ਕਰਨਾ ਉਹਨਾਂ ਨੂੰ ਇਹ ਜ਼ਰੂਰ ਪੁੱਛਣ ਦੀ ਖੇਚਲ ਕਰਿਓ ਕਿ ਜਿਹੜਾ ਕੁਝ ਵਾਪਰ ਰਿਹਾ ਉਹਦੇ ਲਈ ਤੁਸੀਂ ਕੀ ਕਰ ਰਹੇ ਹੋ ਜਾਂ ਕੀ ਕੀਤਾ ਜੇ ਕੁਝ ਕਰਨਗੇ ਤਾਂ ਵੋਟ ਪਾਓ ਤੇ ਜੇ ਨਹੀਂ ਕਰਨਗੇ ਤਾਂ ਉਹਨਾਂ ਨੂੰ ਪੁੱਛਣ ਦੀ ਖੇਚਲ ਜ਼ਰੂਰ ਕਰਿਓ ਮੈਂ ਜੇ ਅੱਜ ਬੋਲ ਰਿਹਾ ਤੇ ਮੈਂ ਉਹਨਾਂ ਦਿਨਾਂ ਦੇ ਦਿਨ ਵੀ ਦੇਖਿਆ ਜਦੋਂ ਪਿੰਡ ਦੇ ਵਿੱਚ ਇੱਕ ਦੀ ਥਾਂ ਤੇ ਦੋ ਠੇਕੇ ਹੁੰਦੇ ਸੀ ਤੇ ਜਦੋਂ ਯੂਨੀਅਨ ਵੱਲੋਂ ਮ 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 ਤੇ ਜਿਹੜੀਆਂ ਚੀਜ਼ਾਂ ਸ਼ਰਾਬ ਬੇਸ਼ੱਕ ਸਰਕਾਰ ਵੀ ਮੰਨਦੀ ਹੈ ਕਿ ਉਹਨੂੰ ਨਸ਼ੇ ਦੀ ਚ ਨਹੀਂ ਮੰਨਿਆ ਜਾਂਦਾ ਥਾਂ ਥਾਂ ਠੇਕੇ ਤੁਹਾਨੂੰ ਦਿੱਤੇ ਸ਼ਹਿਰ ਸ਼ਹਿਰ ਕੋਸ਼ ਕੋਸ਼ ਗਜਾਂ ਦੀ ਦੂਰੀ ਦੇ ਉੱਤੇ ਠੇਕੇ ਖੁੱਲੇ ਹੋਏ ਆ ਪਰ ਜਿਹੜੇ ਨਸ਼ੇ ਸਾਨੂੰ ਪਤਾ ਹੈ ਕਿ ਸਿਰਫ ਮੌਤ ਦੇ ਰਾਹ ਵੱਲ ਲੈ ਕੇ ਜਾਂਦੇ ਆ ਉਹ ਸਾਡੇ ਪਿੰਡਾਂ ਦੇ ਵਿੱਚ ਗਲੀਆਂ ਦੇ ਵਿੱਚ ਏਜੰਟ ਭੇੜ ਕੇ ਬੈਠੇ ਜਾਂਦੇ ਤੇ ਹੁਣ ਅਸੀਂ ਸੋਚਣਾ ਕਿ ਇਸ ਵਰਤਾਰੇ ਨੂੰ ਥਾਲਕੇ ਵਿੱਚ ਪਾਉਣੀ ਹੈ। ਚਿੰਤਾ ਇਸ ਗੱਲ ਦੀ ਹੈ ਕਿ ਜਿਹੜੇ ਅੱਜ ਬੱਚੇ 10-10, 11-11 ਸਾਲ ਦੇ ਆ ਤੇ ਉਹਨਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਵੇਂ ਇਹਨਾਂ ਲੋਕਾਂ ਦੇ ਚੁੰਗਲ ਦੇ ਵਿੱਚ ਆਉਣਾ। ਤੁਸੀਂ ਮਾਪਿਆਂ ਆਪਣੇ ਆਪ ਨੂੰ ਇੱਕ ਮਾਂ ਪਿਓ ਦੀ ਥਾਂ ਤੇ ਸੋਚ ਕੇ ਦੇਖੋ ਕਿ ਜੇ ਤੁਸੀਂ ਮਾਂ ਪਿਓ ਹੋਮੋ ਤੇ ਆਪਣੇ ਬੱਚੇ ਦੀ ਕਿੱਥੇ-ਕਿੱਥੇ ਰਾਖੀ ਕਰੋਗੇ। ਜੇ ਉਹਨਾਂ ਬਾਹਰ ਸਵੱਛਤਾ ਮਾਹੌਲ ਹੀ ਨਹੀਂ ਮਿਲਣਾ। ਜੀ ਅੱਜ ਅਸੀਂ ਇਹ ਸੋਚ ਕੇ ਚੁੱਪ ਕਰ ਜਾਈਏ ਜਿਹੜੇ ਕੁਆਰੇ ਆ ਮੈਂ ਉਹਨਾਂ ਦੀ ਗੱਲ ਕਰ ਰਿਹਾ ਕਿਉਂਕਿ ਜਿਹੜੀ એનર્ਜੀ ਆ ਜਿਹੜੀ ਊਰਜਾ ਉਹ ਕੁਆਰਿਆਂ ਤੋਂ ਸ਼ੁਰੂ ਹੋਣੀ ਆ ਬੇਸ਼ੱਕ ਚਿੰਤਾ ਵਾਲੇ ਮਾਪੇ ਵੀ ਇਸ ਰਾਤ ਚੁਰਨਗੇ ਕਿਉਂਕਿ ਕੱਲ ਨੂੰ ਤੁਸੀਂ ਇਹ ਸੋਚੋ ਕਿ ਮੇਰਾ ਤਾਂ ਜੇ ਵਿਆਹ ਨਹੀਂ ਹੋਇਆ ਮੈਨੂੰ ਕੀ ਪਈ ਆ ਮੈਨੂੰ ਕੀ ਲੋੜ ਪਈ ਆ ਮੈਨੂੰ ਕੀ ਵਾਲੀ ਸੋਚ ਆ ਜਿਹੜੀ ਉਹੀ ਸਾਨੂੰ ਮਾਰ ਰਹੀ ਆ ਇਹ ਸੋਚ ਕੇ ਇਹ ਸੋਚ ਕੇ ਤੁਰਿਓ ਕਿ ਜੇ ਕੱਲ ਨੂੰ ਤੁਹਾਡਾ ਵਿਆਹ ਹੋਊਗਾ ਬੱਚੇ ਹੋਣਗੇ ਤੇ ਜੇ ਆਹੀ ਗੰਦਮੰਦ ਮਾਹੌਲ ਹੋਰ ਅੱਗੇ ਵਧਿਆ ਤੇ ਕੱਲ ਨੂੰ ਤੁਹਾਡੇ ਬੱਚੇ ਉਸ ਮਾਹੌਲ ਦੇ ਵਿੱਚ ਸੁਰੱਖਿਅਤ ਹੋਣਗੇ ਤੇ ਜੇ ਤੁਸੀਂ ਇਹ ਸੋਚੋ ਕਿ ਜਵਾਕ ਹੋਏ ਨਹੀਂ 15-16 ਸਾਲਾਂ ਨੂੰ ਜਵਾਕ ਵੱਡਾ ਉਹ ਪਰ ਦੋਸਤੋ ਇਹ ਵੀ ਗੱਲ ਸੋਚਣ ਵਾਲੀ ਆ ਕਿ 15-16 ਸਾਲ ਉਹਨਾਂ ਜਵਾਕਾਂ ਨੂੰ ਕਿਹੜੇ ਬੜੋਲੇ 'ਚ ਪਾ ਕੇ ਰੱਖੋਗੇ ਰੱਖੋਗੇ ਤਾਂ ਇਸੇ ਸਮਾਜ 'ਚ ਇਨ੍ਹਾਂ ਗਲੀਆਂ 'ਚ ਖੇਡਣਗੇ ਇਨ੍ਹਾਂ ਸਕੂਲਾਂ 'ਚ ਹੀ ਪੜ੍ਹਨਗੇ ਤੇ ਉੱਥੇ ਹੀ ਉਹ ਤੁਰਨਗੇ ਫਿਰਨਗੇ ਤੇ ਫਿਰ ਤੁਸੀਂ ਕਿਵੇਂ ਸੋਚ ਲਓਗੇ ਤੁਹਾਡੇ ਬੱਚੇ ਸੁਰੱਖਿਅਤ ਹੋਣਗੇ ਬਹੁਤ ਸਾਰੇ ਮਿੱਤਰ ਪਿਆਰੇ ਹਜੇ ਵੀ ਹੋਣਗੇ ਜਿਹੜੇ ਸੋਚੀ ਬੈਠੇ ਹੋਣਗੇ ਕਿ ਮੈਂ ਆਪਣੇ ਜਵਾਕਾਂ ਨੂੰ ਬਾਹਰ ਵਿਦੇਸ਼ ਚ ਸੈੱਟ ਕਰ ਦੇਣਾ ਪਰ ਇਹ ਵੀ ਤਾਂ ਸੋਚੋ ਉੱਥੇ ਸੈੱਟ ਹੋਣ ਲਈ ਵੀ ਤਾਂ ਕੋਈ ਉਮਰ ਦੀ ਹੱਦ ਹੈ 17 ਸਾਲ ਕੋਈ 18 ਸਾਲ ਉਹਨਾਂ ਚਿਰ ਜਿਹੜਾ ਪਹਿਲਾਂ ਵਾਲਾ ਉਮਰ ਦਾ ਉਹਦਾ ਪੜਾ ਉਹ ਬੱਚਿਆਂ ਨੂੰ ਕਿੱਥੇ ਸਾਂਭ ਕੇ ਰੱਖੋਗੇ ਅੱਜ ਹਾਲਾਤ ਤੁਹਾਡੇ ਕੋਲੋਂ ਵੀ ਲੋਕੇਸ਼ੇਪੇ ਨਹੀਂ ਤੇ ਲੋਕੇਸ਼ੇਪੇ ਸਾਡੇ ਮਾਪਿਆਂ ਕੋਲੋਂ ਨਹੀਂ ਤੇ ਸਾਡੇ ਕੋਲੋਂ ਨਹੀਂ ਕਿ ਕੀ ਵਾਪਰ ਰਿਹਾ ਕਿਵੇਂ ਸਮਾਨ ਜਿਹੜਾ ਜਿਹਨੂੰ ਖਾ ਖਾ ਕੇ ਸਾਡੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਮੁੰਡੇ ਮਾਰ ਰਿਹਾ ਉਹ ਕਿੱਥੋਂ ਆ ਰਿਹਾ ਕਿਵੇਂ ਬਣਦਾ ਹੋਣਾ ਇਹ ਵੀ ਤਾਂ ਸੋਚ ਕੇ ਦੇਖੋ ਕਿ ਜਿੰਨਾਂ ਤੋਂ ਸਰੈਂਜੀ ਨਹੀਂ ਪੱਟੀ ਜਾਂਦੀ ਸੋ ਦੋਸਤੋ ਜਿੱਥੇ ਵੀ ਹੋ ਜਿਵੇਂ ਵੀ ਹੋ ਘੱਟੋ ਘਟਾ ਆਪਣੇ ਪਰਿਵਾਰ ਦੇ ਛੋਟੇ ਬੱਚਿਆਂ ਨਾਲ ਰਾਬਤਾ ਰੱਖੋ ਉਹਨਾਂ ਨੂੰ ਇਹਨਾਂ ਬੁਰਾਈਆਂ ਤੋਂ ਜਾਣੂ ਕਰਵਾਓ ਇਹ ਨਾ ਹੋਵੇ ਕਿ ਤੁਹਾਡੀ ਚੁੱਪ ਕੇ ਨਹੀਂ ਜੋ ਆਕਾਂ ਕੋਲ ਗੱਲ ਨਹੀਂ ਕਰਨੀ ਤੇ ਇਹ ਚੁੱਪ ਦੇ ਦਾਇਰੇ ਦੇ ਵਿੱਚ ਰਹਿ ਰਹਿ ਕੇ ਹੀ ਉਹ ਬਾਹਰੋਂ ਇਹੋ ਜਿਹੀ ਹੀ ਪਾੜਤ ਪੜ ਜਾਂਣ ਤੇ ਤੁਹਾਡੇ ਹੱਥ ਸਿਰਫ ਲੋਥ ਆਵੇ ਮੈਂ ਫੇਰ ਉਹੀ ਦੁਬਾਰਾ ਬੇਨਤੀ ਕਰੂੰਗਾ ਆਪਣੇ ਇਸ ਲਾਈਵ ਵੀਡੀਓ ਕਾਲ ਨੂੰ ਬੰਦ ਕਰਨ ਤੋਂ ਪਹਿਲਾਂ ਕਿ ਮੇਰੇ ਪਿੰਡ ਦੇ ਜਿੰਨੇ ਵੀ ਮਿੱਤਰ ਪਿਆਰੇ ਰਾਜਨੀਤੀ ਦੇ ਵਿੱਚ ਆਉਣ ਲਈ ਹੱਥ ਪੈਰ ਮਾਰ ਰਹੇ ਆ ਮੈਂ ਉਹਨਾਂ ਨੂੰ ਬੇਨਤੀ ਕਰੂੰ ਸਾਰਿਆਂ ਤੋਂ ਪਹਿਲਾਂ ਕਿ ਜੇ ਤੁਸੀਂ ਪਿੰਡ ਦੇ ਲੋਕਾਂ ਤੇ ਇੱਕ ਤਰ੍ਹਾਂ ਰਾਜ ਕਰਨ ਦੀ ਇੱਛਾ ਤਹਿਤ ਜਾਂ ਸੇਵਾ ਕਰਨ ਦੀ ਇੱਛਾ ਤਹਿਤ ਰਾਜਨੀਤੀ ਦੇ ਵਿੱਚ ਆ ਰਹੇ ਹੋ ਤਾਂ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਨੂੰ ਖੁਸ਼ ਕਰਕੇ ਦਿਖਾਓ ਕਿ ਅਸੀਂ ਤੁਹਾਡੇ ਪਿੰਡ ਲਈ ਤੁਹਾਡੇ ਬੱਚਿਆਂ ਲਈ ਆਪਣੇ ਭਤੀਜੇ ਭਤੀਜੀਆਂ ਲਈ ਅਸੀਂ ਆਹ ਮਾਹੌਲ ਸਜ ਕੇ ਦਿੱਤਾ ਜਿਹੜੇ ਤੁਹਾਡੇ ਜੁਆਕਾਂ ਨੂੰ ਮੁਠੀਆਂ ਦੇ ਵਿੱਚ ਜ਼ਹਿਰ ਚੱਕੀ ਫਿਰਦੇ ਆ ਦੇਣ ਲਈ ਉਹਨਾਂ ਦੀ ਬਾਹ ਮਰੋੜ ਕੇ ਫਲਿਆਂ ਦੇ ਵਿੱਚ ਲਿਆ ਕੇ ਖੜਾਓ ਕਿ ਆਹ ਬੰਦੇ ਉਹ ਆ ਜਿਨ੍ਹਾਂ ਦੇ ਸੀ ਨਿਸ਼ਾਨਦੇਹੀ ਕੀਤੀ ਆ ਇਹ ਤੁਹਾਡੇ ਜਵਾਕਾਂ ਨੂੰ ਜ਼ਹਿਰ ਖਾਣ ਲਈ ਤਤ ਪਰ ਬੈਠੇ ਆ ਫੇਰ ਤੁਸੀਂ ਵਾਕਈ ਉਸ ਪਿੰਡ ਦੀ ਉਹਨਾਂ ਲੋਕਾਂ ਦੀ ਸੇਵਾ ਕਰਨ ਵਾਲੇ ਗਲੇ ਜਾਓਗੇ ਤੇ ਨਹੀਂ ਤਾਂ ਸਰਕਾਰੀ ਅਮਲਿਆਂ ਦੇ ਨਾਲ ਰਲ ਕੇ ਗ੍ਰਾਂਟਾਂ ਖਾਣ ਵਾਲੇ ਸੰਧਾਂ ਤੋਂ ਬਿਨਾ ਤੁਸੀਂ ਹੋਰ ਕੁਝ ਨਹੀਂ ਗਿਣੇ ਜਾਓਗੇ ਲੱਖ ਸੇਵਾ ਦਾ ਲੱਖ ਟੌਣ ਟੌਂਡੀ ਪਿੱਟੀ ਜਾਓ ਉਹ ਕਿਸੇ ਅਰਥ ਨਹੀਂ ਤੇ ਦੂਜੀ ਗੱਲ ਚੇਤੇ ਇਹ ਵੀ ਰੱਖਿਓ ਕਿ ਬੇਸ਼ੱਕ ਤੁਸੀਂ ਸੱਚੇ ਹੋਮੋ ਤੁਸੀਂ ਸੇਵਾ ਲਈ ਤੁਰੇ ਹੋ ਮੋ ਜੇ ਫੇਰ ਵੀ ਅੱਜ ਨਾ ਬੋਲੇ ਤਾਂ ਕੱਲ ਨੂੰ ਇਹੀ ਜ਼ਹਿਰ ਇਹਨਾਂ ਲੋਕਾਂ ਨੇ ਤੁਹਾਡੇ ਜੋ ਆਕਾਂ ਦੇ ਮੂੰਹਾਂ 'ਚ ਵੀ ਪਾਉਣੀ ਆ ਤੇ ਬਸ ਸਿਰਫ ਤੁਹਾਡੇ ਪੱਲੇ ਕੀ ਰਹਿ ਜਾਣਾ ਸਰਪੰਚ ਫੁਲਾਨਾ ਸਿੰਘ ਤੇ ਬਾਅਦ 'ਚ ਲੱਗ ਜਾਣਾ ਸਾਬਕਾ ਸਰਪੰਚ ਇਹ ਤੁਹਾਡੀ ਲੋੜ ਆ ਇਹ ਤੁਹਾਡੀ ਸੋਚ ਆ ਕਿ ਬਾਅਦ 'ਚ ਵੀ ਸਾਬਕਾ ਤੋਂ ਬਾਅਦ ਵੀ ਭਾਵੇਂ ਆਪਦੇ ਨਾਲ ਸਰਪੰਚ ਲਿਖਿਓ ਪਰ ਉਹ ਗੱਲ ਕਿਸੇ ਅਰਥ ਨਹੀਂ ਆਉਣੀ ਜਿੰਨਾ ਚਿਰ ਤੁਸੀਂ ਆਪਣੇ ਪਰਿਵਾਰ ਤੋਂ ਬਾਹਰ ਆਪਣੇ ਪਿੰਡ ਦੇ ਲੋਕਾਂ ਲਈ ਇਹ ਚੀਜ਼ ਸੋਚ ਕੇ ਨਾ ਤੁਰੋਂਗੇ ਕਿ ਉਹ ਸਾਰੇ ਸਾਡੇ ਆਪਣੇ ਆ ਤੇ ਜੇ ਸਿਆਸਤ ਨੂੰ ਸਿਆਸਤ ਸਮਝ ਕੇ ਚੱਲਣਾ ਤਾਂ ਸਿਆਸਤ ਦੇ ਵਿੱਚ ਇੱਕ ਪਿਓ ਆਪਦੇ ਪੁੱਤ ਦਾ ਵੀ ਸਕਾ ਸਕਾ ਨਹੀਂ ਹੁੰਦਾ ਤੇ ਇੱਕ ਪੁੱਤ ਆਪਣੇ ਪਿਓ ਦਾ ਵੀ ਸਕਾ ਨਹੀਂ ਹੁੰਦਾ ਇਹ ਗੱਲ ਭਲੀ ਭੰਤੀ ਲੋਕ ਵੀ ਸਾਰੇ ਜਾਣਦੇ ਆ ਕਿ ਅਸੀਂ ਜਿਹਨੂੰ ਵੀ ਆਪਦੇ ਸਿਰ ਤੇ ਬਿਠਾ ਲਿਆ ਉਹਨੇ ਆਪਣੇ ਲਈ ਬਹਿਣਾ ਤੇ ਉਹਨੇ ਸਲੂਟ ਮਰਵਾਉਣ ਲਈ ਬਹਿਣਾ ਪਰ ਦੋਸਤੋ ਤੁਸੀਂ ਨਵਾਂ ਖੂਨ ਹੋ ਜਿੰਨੇ ਵੀ ਦੋਸਤਾਂ ਦੇ ਨਾਂ ਸਾਹਮਣੇ ਆਏ ਆ ਤੇ ਤੁਹਾਡੇ ਕੋਲ ਉਮੀਦ ਕਰਦੇ ਆ ਕਿ ਕੋਈ ਚੰਗੇ ਉਦਮ ਲਈ ਕੋਈ ਨਵੀਂ ਲੀ ਪਾਉਂਗੇ ਤੇ ਜਿਹੜੇ ਜਿਹੜੇ ਸੱਜਣ ਇਹ ਨਸ਼ੇ ਵੇਚਣ ਵਾਲਾ ਜਿਹੜਾ ਕੰਮ ਪਿੰਡ ਦੇ ਵਿੱਚ ਕਰ ਰਹੇ ਆ ਉਹਨਾਂ ਦੀ ਨਿਸ਼ਾਨਦੇਹੀ ਕਰੋ ਤੁਹਾਡੇ ਕੋਲ ਬੜੀ ਵੱਡੀ ਫੌਜ ਆ ਮੇਰੇ ਪਿੰਡ ਦੇ ਜਿੰਨੇ ਵੀ ਅਗਾਹ ਵਧੂ ਸੋਚਦੇ ਮੁੰਡੇ ਆ ਉਹਨਾਂ ਤੋਂ ਵੱਖਰੇ ਅੰਤਰਰਾਸ਼ਟਰੀ ਪੱਧਰ ਦੇ ਕਬੱਡੀ ਖਿਡਾਰੀਆ ਮੇਰੇ ਪਿੰਡ ਦੇ ਵਿੱਚ ਤੇ ਬੜੀ ਵਧੀਆ ਜਿਹੜੀ ਸਿਆਸਤ ਵਾਲੀ ਇੱਕ ਕਤਾਰ ਖੜੀ ਹੈ ਮੇਰੇ ਪਿੰਡ ਦੀ ਤੇ ਦੋਸਤੋ ਜੇ ਤੁਸੀਂ ਕੁਝ ਕਰੋਗੇ ਤੁਸੀਂ ਅੱਗੇ ਲੱਗੋਗੇ ਤੁਸੀਂ ਆਪਣੇ ਲਈ ਹੀ ਸੋਚੋਗੇ ਤਾਂ ਤੁਹਾਡੇ ਪਿੱਛੇ ਵਿਦੇਸ਼ਾਂ ਦੇ ਵਿੱਚ ਬੜੀ ਵੱਡੀ ਫੌਜ ਬੈਠੀ ਹੈ ਹਮਤਪੁਰੇ ਦੀ ਕੋ ਚੰਗਾ ਕਰਕੇ ਦਿਖਾਓ ਉਹਨਾਂ ਦੀ ਚਿੰਤਾ ਉਹਨਾਂ ਦੇ ਦਿਮਾਗਾਂ ਤੋਂ ਲਾਓ ਉਹਨਾਂ ਨੂੰ ਚਿੰਤਾ ਮੁਕਤ ਕਰਕੇ ਦਿਖਾਓ ਕਿ ਅਸੀਂ ਪਿੰਡ ਦੇ ਵਿੱਚੋਂ ਜਿਹੜੇ ਸਾਡੇ ਜਵਾਕਾਂ ਨੂੰ ਜ਼ਹਿਰ ਵੇਚਣ ਵਾਲੇ ਸੀ ਉਹਨਾਂ ਨੂੰ ਅਸੀਂ ਤੁਹਾਡੇ ਸਾਹਮਣੇ ਨੰਗਾ ਕੀਤਾ ਦੋਖੇ ਇਸ ਗੱਲ ਦਾ ਹੁੰਦਾ ਕਿ ਪਿੰਡਾਂ ਦੀਆਂ ਜਿਹੜੀਆਂ ਸਾਂਝੀਆਂ ਧਰਮਸ਼ਾਲਾਵਾਂ ਜਿੱਥੇ ਕਦੇ ਪਹਿਲਾਂ ਵਿਆਹ ਸ਼ਾਦੀਆਂ ਮਰਨੇ ਪਰਨੇ ਦੇ ਭੋਗ ਵਗੈਰਾ ਜਾਂ ਮਕਾਨਾਂ ਵੀ ਚਲੋ ਆਪਾਂ ਕਹਿ ਲੋ ਕਿ ਬੰਦੀਆਂ ਹੁੰਦੀਆਂ ਸੀ ਇੱਕ ਸਾਂਝੀ ਜਗ੍ਹਾ ਹੁੰਦੀ ਸੀ ਤੇ ਬਾਅਦ ਦੇ ਵਿੱਚ ਉਹ ਸਾਡੇ ਜਿਹੜੇ ਕਹ ਲੋ ਕਿ ਬਜ਼ੁਰਗਾਂ ਦੇ ਬੈਠਣ ਲਈ ਟਾਹਣੀਆਂ ਦਾ ਕੰਮ ਕਰ ਲੱਗੀ ਜਾਂ ਕਦੇ ਸਾਂਝੇ ਸਮਾਗਮਾਂ ਦੇ ਲਈ ਵਰਤੀਆਂ ਜਾਂਦੇ ਆ ਜਿਹੜੀਆਂ ਧਰਮਸ਼ਾਲਾਾਂ ਵਿੱਚ ਸੀ ਉਹ ਅੱਜ ਕੱਲ੍ਹ ਵਹਿਲੀਆਂ ਪਈਆਂ ਤੁਸੀਂ ਆਪਣੇ ਪਿੰਡ ਦੀ ਕਿਸੇ ਵੀ ਧਰਮਸ਼ਾਲਾ ਦੇ ਵਿੱਚ ਜੈਂ ਉਹ ਜੀ ਸਾਂਝੀ ਜਗ੍ਹਾ ਦੇ ਵਿੱਚ ਜਾ ਕੇ ਦੇਖ ਲਿਓ ਕਿ ਸਰੰਜਾਂ ਦੀਆਂ ਤੁਹਾਨੂੰ ਬੁੱਕਾਂ ਦੇ ਬੁੱਕ ਮਿਲ ਜਾਣਗੇ ਮੇਰੀ ਕੱਲ ਹੀ ਇੱਕ ਮਿੱਤਰ ਨੇ ਦੱਸਿਆ ਕਿ ਪਿੰਡ ਦੇ ਵਿਚਕਾਰ ਪਿੰਡ ਦੀ ਧੁੰਨੀ ਦੇ ਵਿੱਚ ਇੱਕ ਧਰਮਸ਼ਾਲਾ ਹੋਵੇ ਦੇਉ ਧਰਮਸ਼ਾਲਾ ਨੂੰ ਸਾਫ਼ ਕਰਨ ਲੱਗਿਆਂ ਉੱਥੋਂ ਲਗਭਗ 2 ਬਠਲ ਸਰੰਜਾਂ ਦੇ ਭਰ ਜਾਣ ਇਹ ਉਸ ਹਿੰਮਤਪੁਰੇ ਲਈ ਮਹਿਣਾ ਜਿਹੜੇ ਹਿੰਮਤਪੁਰੇ ਨੂੰ ਡੋਗਰਾਂ ਦਾ ਹਿੰਮਤਪੁਰਾ ਕਿਹਾ ਜਾਂਦਾ ਉਹ ਹਿੰਮਤਪੁਰਾ ਜਿੱਥੇ ਜਿੱਦੀ ਕਹੀ ਦੀ ਪੂਰੇ ਵਿਸ਼ਵ ਦੇ ਵਿੱਚ ਧੰਮ ਸੀ ਕਿ ਹਿੰਮਤਪੁਰੇ ਵਿੱਚ ਬਣਦੀਆਂ ਕਈਆਂ ਜੈਤੋ ਬਣੇ ਗੰਡਾ ਸੀ ਤੇ ਉਹ ਹਿੰਮਤਪੁਰਾ ਜਿੱਥੋਂ ਦੇ ਕਾਰੀਗਰਾਂ ਦੇ ਬਣਾਏ ਹੋਏ ਟੈਰਾਂ ਵਾਲੇ ਕਰਾਹ ਕੰਪਿਊਟਰ ਲੈਵਲਿੰਗ ਕਰਾਹ ਦੁਨੀਆ ਭਰ ਦੇ ਵਿੱਚ ਜਾਣੇ ਜਾਂਦੇ ਆਂ ਤੇ ਉਹ ਹਿੰਮਤਪੁਰਾਜ ਗੋਡੀ ਮਾਰ ਕੇ ਬੈਠਾ ਉਹਨਾਂ ਨਸ਼ਿਆਂ ਦੇ ਮੂਰੇ ਉਹਨਾਂ ਟੀਕਿਆਂ ਦੇ ਮੂਰੇ ਦੋਸਤੋ ਸੋਚ ਕੇ ਦੇਖਿਓ ਮੈਨੂੰ ਕੀ ਦੀ ਸੋਚ ਦਾ ਜਿਹੜਾ ਜਿਹੜੀ ਕੁੰਜਾ ਸੱਪ ਵਾਂਗੂੰ ਉਹ ਲਾ ਕੇ ਦੇਖਿਓ ਕਿ ਮੈਨੂੰ ਕੀ ਦੀ ਜੇਪਾ ਲਈ ਮੈਨੂੰ ਕੀ ਕੋਈ ਨਹੀਂ ਹੋਈ ਜਾਂਦੇ ਮੈਨੂੰ ਕੀ ਉਹ ਸੋਚ ਦੀ ਜਿਹੜੀ ਕੁੰਜਾ ਉਹ ਆਪਦੇ ਦਿਮਾਗ ਤੋਂ ਲਾ ਕੇ ਦੇਖਿਓ ਕਿ ਜੇ ਕੱਲ ਨੂੰ ਉਹੀ ਵੈਣ ਤੁਹਾਡੇ ਘਰਾਂ ਦੇ ਵਿੱਚ ਪੈਂਦੇ ਹੋਣ ਤਾਂ ਉਦੋਂ ਤੁਸੀਂ ਇਹ ਜ਼ਰੂਰ ਸੋਚੋਗੇ ਕਿ ਅਸੀਂ ਬਹੁਤ ਦੇਰ ਕਰਤੀ ਜੇ ਪਹਿਲਾਂ ਬੋਲੇ ਹੁੰਦੇ ਤਾਂ ਸ਼ਾਇਦ ਆ ਨੌਬਤ ਸਾਡੇ ਘਰੇ ਨਾ ਹੀ ਹੁੰਦੀ ਮੈਂ ਇੱਥੇ ਬਖਸ਼ੀ ਠਾਣੇ ਵਾਲ ਵੀਰ ਜਿਹੜਾ ਮੈਂ ਪਹਿਲਾਂ ਗੱਲ ਕਰਕੇ ਚੁੱਕਿਆ ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਗਾ ਕਿ ਮੈਂ ਸ਼ਾਇਦ ਆ ਗੱਲਾਂ ਨਾ ਤੁਹਾਡੇ ਨਾਲ ਕਰ ਸਕਦਾ ਜੇ ਉਹਨਾਂ ਦੀ ਪਾਈ ਹੋਈ ਵੀਡੀਓ ਨਾ ਦੇਖਦਾ ਕਿਉਂਕਿ ਮੈਂ ਜੜੀਆਂ ਵੀ ਜਿੰਨੀਆਂ ਵੀ ਮੁੰਡਿਆਂ ਦੀ ਮੌਤ ਹੋਈ ਵਾਲੀਆਂ ਵੀਡੀਓ ਮੈਂ ਸੁਣ ਨਹੀਂ ਸਕਿਆ ਨਾ ਮੈਂ ਸੁਣ ਸਕਦਾ ਹੀ ਸੀ ਤੇ ਜਦੋਂ ਮੈਂ ਇਹਨਾਂ ਦੀ ਵੀਡੀਓ ਦੇਖੀ ਉਹ ਇੱਕ ਬਜ਼ੁਰਗ ਤੇ ਮਾਤਾ ਦੇ ਨਾਲ ਗੱਲ ਕਰਦਿਆਂ ਦੀ ਮੈਨੂੰ ਨਹੀਂ ਸੀ ਪਤਾ ਕਿ ਉਹਦੇ ਗੱਲ ਦੇ ਵਿੱਚ ਵੀ ਉਹ ਉਸ ਵੀਡੀਓ ਦੇ ਵਿੱਚ ਗੱਲਬਾਤ ਕੀ ਹੋਣੀ ਆ ਪਰ ਜਦੋਂ ਗੱਲਬਾਤ ਸੁਣੀ ਕੱਲਾ ਮੈਂ ਨਹੀਂ ਰੋਇਆ ਕੋਲੇ ਬੈਠੀ ਮਾਤਾ ਵੀ ਰੋਈ ਤੇ ਮਜਬੂਰ ਹੋਇਆ ਕਿ ਤੁਹਾਡੇ ਨਾਲ ਗੱਲਬਾਤ ਕਰਾਂ ਸੋ ਦੋਸਤੋ ਜਿਆਦਾ ਗੱਲਾਂ ਨਹੀਂ ਜਿੰਨੀਆਂ ਵੀ ਗੱਲਾਂ ਕੀਤੀਆਂ ਉਹਨੂੰ ਸੁਣਿਓ ਚੰਗਾ ਲੱਗਿਆ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਸੁਣਾਇਓ ਪਰ ਅਮਲ ਜ਼ਰੂਰ ਕਰਿਓ ਕਿ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਆਪਣੇ ਬੱਚਿਆਂ ਉਹਨਾਂ ਨੂੰ ਕਿਹੋ ਜਿਹਾ ਸਿਹਤਮੰਦ ਵਾਤਾਵਰਣ ਦੇ ਕੇ ਜਾਣ ਤੇ ਜੇ ਅਸੀਂ ਅੱਖਾਂ ਵਿੱਚ ਕੇ ਐਵੇਂ ਹੀ ਤੁਰਦੇ ਰਹਿਣਾ ਤੇ ਫਿਰ ਸਾਡੇ ਤੋਂ ਵੱਡਾ ਬੋਝ ਦਿਲ ਇਸ ਧਰਤੀ ਤੇ ਕੋਈ ਨਹੀਂ ਹੋਣਾ ਜ਼ਿੰਦਗੀ ਇੱਕ ਇੱਕ ਨੂੰ ਠਾਠ ਨਾਲ ਤੇ ਰੋਹ ਨਾਲ ਅਣਖ ਨਾਲ ਜਿਉਣ ਦਾ ਤਿਆਰ ਕਰੋ ਤੁਹਾਡੇ ਪਿੰਡ ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਕੋਈ ਇਹ ਜਤਾਹੀਆ ਨਹੀਂ ਕਰੂਗਾ ਇਹ ਮੇਰਾ ਵਾਦਾ ਇੱਕ ਵਾਰੀ ਤੁਰ ਕੇ ਦੇਖਿਓ ਤੇ ਸਾਰੇ ਦੋਸਤਾਂ ਨੂੰ ਬੇਨਤੀ ਆ ਕਿ ਜਿਹੜੇ ਵੀ ਸਿਆਸਤ ਦੇ ਵਿੱਚ ਆਉਣਾ ਚਾਹੁੰਦੇ ਆ ਜਾਂ ਤਾਂ ਸੇਵਾ ਕਰਨ ਦਾ ਟੱਕਵਾਂਝਣਾ ਕਰਨ ਤੇ ਜੇ ਸੇਵਾ ਕਰਨੀ ਆ ਤੇ ਫਿਰ ਹੱਕ ਕੱਢ ਕੇ ਕਰਿਓ ਤੇ ਜਿਹੜੇ ਤੁਹਾਡੇ ਜਵਾਕਾਂ ਨੂੰ ਮੌਤ ਵੇਚਦੇ ਆ ਉਹਨਾਂ ਨੂੰ ਚਰਾਹਿਆਂ ਦੇ ਵਿੱਚ ਉਹਨਾਂ ਨੂੰ ਫੜਿਆਂ ਦੇ ਵਿੱਚ ਨੰਗੇ ਜ਼ਰੂਰ ਕਰਿਓ ਇੰਨਾ ਕਹਿੰਦਾ ਹੋਇਆ ਧੰਨਵਾਦ ਫਿਰ ਮਿਲਾਂਗੇ